ਸਤਿ ਸ਼੍ਰੀ ਅਕਾਲ ਦੋਸਤੋ, ਡੀਐਸ ਤਲਾਣੀਆ ਯੂਟਿਊਬ ਚੈਨਲ ਤੇ ਮੈਂ ਤਰਮਿੰਦਰ ਸਿੰਘ ਤਲਾਣੀਆ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ। ਕਈ ਦਿਨਾਂ ਤੋਂ ਮੈਨੂੰ ਮੈਸੇਜ ਆ ਰਹੇ ਸੀ ਕਿ ਕੋਈ ਅਟਣਾ ਦਾ ਇਲਾਜ ਦੱਸੋ, ਤੇ ਇਸੇ ਵਿਸ਼ੇ ਦੇ ਉੱਤੇ ਅੱਜ ਦੀ ਜਾਣਕਾਰੀ ਲੈ ਕੇ ਆਇਆ ਕਿ ਆਪਾਂ ਕਿਵੇਂ ਹੱਥਾਂ ਪੈਰਾਂ ਤੇ ਪਏ ਅਟਣਾ ਨੂੰ ਜੜੋਂ ਖਤਮ ਕਰ ਸਕਦੇ ਹਾਂ। ਦੋਸਤੋ, ਜਿਨ੍ਹਾਂ ਦੇ ਪੈਰਾਂ 'ਚ ਅਟਣ ਪੈ ਜਾਂਦੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਇਹ ਕਿੰਨਾ ਜ਼ਿਆਦਾ ਤਕਲੀਫ ਦਿੰਦੇ ਆ, ਕਿਉਂਕਿ ਅਟਣ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹੁੰਦੀਆਂ, ਜਿਨ੍ਹਾਂ ਕਰਕੇ ਜਦੋਂ ਆਪਾਂ ਤੁਰਦੇ ਆ ਤਾਂ ਇਹ ਸਰੀਰ ਨੂੰ ਬਹੁਤ ਤਕਲੀਫ ਦਿੰਦੀਆਂ ਹੈ। ਇਸ ਦੇ ਤੁਸੀਂ ਬਹੁਤ ਸਾਰੇ ਇਲਾਜ ਦੇਖੇ ਹੋਣੇ ਆ, ਪਰ ਕਈ ਵਾਰੀ ਆਪਾਂ ਇਲਾਜ ਤਾਂ ਕਰ ਲੈਂਦੇ ਆ ਪਰ ਇਹ ਦੁਬਾਰੇ ਹੋ ਜਾਂਦੇ ਆ। ਇਸ ਲਈ ਅੱਜ ਤੁਹਾਨੂੰ ਇੱਕ ਬਹੁਤ ਛੋਟਾ ਜਿਹਾ ਇਲਾਜ ਦੱਸਾਂਗਾ ਜਿਸ ਦੇ ਨਾਲ ਤੁਸੀਂ ਆਪਣੇ ਅਟਣਾ ਨੂੰ ਜੜੋਂ ਖਤਮ ਕਰ ਸਕਦੇ ਹੋ। ਦੋਸਤੋ, ਹੱਥਾਂ ਪੈਰਾਂ 'ਚ ਅਟਣ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ, ਜਿਵੇਂ ਕਿ ਅੱਜ ਕੱਲ ਆਪਾਂ ਫਰਟੀਲਾਈਜ਼ਰ ਜ਼ਿਆਦਾ ਵਰਤ ਰਹੇ ਹਾਂ ਸਬਜ਼ੀਆਂ 'ਚ, ਜਾਂ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਵੱਧ ਜਾਣੀ, ਜੰਕ ਫੂਡ ਵੀ ਇਸਦਾ ਇੱਕ ਕਾਰਨ ਬਣ ਜਾਂਦੇ ਆ। ਇਸ ਲਈ ਇਹਨਾਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ। ਇਸ ਦੇ ਇਲਾਜ ਵੱਲ ਨੂੰ ਅੱਗੇ ਵਧੀਏ ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਕਿ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੇ ਵੱਲੋਂ ਜਿੰਨੀਆਂ ਵੀ ਇਨਫੋਰਮੇਟਿਵ ਵੀਡੀਓਜ਼ ਪਾਈ ਜਾਂਦੀਆਂ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋ ਸਕੇ। ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੁਹਾਡੇ ਵੱਲੋਂ ਕੀਤਾ ਹੋਇਆ ਇੱਕ ਲਾਈਕ ਸਾਡਾ ਹੌਸਲਾ ਬਹੁਤ ਵਧਾ ਦਿੰਦਾ ਜੀ, ਜਿਸ ਦੇ ਸਦਕਾ ਸਾਨੂੰ ਹੋਰ ਜਾਣਕਾਰੀ ਇਕੱਠੀ ਕਰਨ 'ਚ ਬਹੁਤ ਮਦਦ ਮਿਲਦੀ ਹੈ। ਤੇ ਹੋਰਨਾਂ ਦੀ ਭਲਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਸ ਜਾਣਕਾਰੀ ਦਾ ਹੋਰਨਾਂ ਨੂੰ ਵੀ ਫਾਇਦਾ ਮਿਲ ਸਕੇ। ਦੋਸਤੋ, ਅਟਣਾ ਦੇ ਇਲਾਜ ਲਈ ਤੁਸੀਂ ਮੈਸੀ, ਗੂਗਲ ਤੇ ਰਸੌਂਤ ਇਹ ਬਾਜ਼ਾਰ ਤੋਂ ਬਰਾਬਰ ਮਾਤਰਾ ਦੇ ਵਿੱਚ ਲਿਆਓ ਤੇ ਦੋਸਤੋ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਇਸ ਦੇ ਵਿੱਚੋਂ ਮੈਸੀ, ਗੂਗਲ ਤੇ ਰਸੌਂਤ ਲੈ ਲੈਣੀ ਹੈ। ਇਹਨਾਂ ਨੂੰ ਤੁਸੀਂ ਥੋੜੇ ਜਿਹਾ ਕੁੱਟ ਕੇ ਉਸ ਤੋਂ ਬਾਅਦ ਇਸ ਦੇ ਵਿੱਚ ਹਲਕਾ ਜਿਹਾ ਪਾਣੀ ਪਾ ਲੈਣਾ ਹੈ ਅਤੇ ਜਿੱਥੇ ਤੁਹਾਡੇ ਅਟਣ ਹੋਏ ਪਏ ਆ ਉਸ ਜਗ੍ਹਾ ਤੇ ਤੁਸੀਂ ਇੱਕ ਹਫ਼ਤੇ ਦੇ ਲਈ ਦੁਪਹਿਰ ਵੇਲੇ ਅਤੇ ਰਾਤ ਵੇਲੇ ਲਗਾਓ। ਹਫ਼ਤੇ ਬਾਅਦ ਤੁਸੀਂ ਦੇਖੋਗੇ ਕਿ ਜਿੱਥੇ ਤੁਹਾਡੇ ਅਟਣ ਹੋਏ ਪਏ ਸੀ ਉਹ ਜਗ੍ਹਾ ਬਿਲਕੁਲ ਸਾਫ਼ ਹੋ ਗਈ ਹੈ ਅਤੇ ਇਸਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਇਸ ਦੇ ਨਾਲ ਜੜ੍ਹਾਂ ਸਣੇ ਅਟਣ ਸਾਫ਼ ਹੋ ਜਾਂਦੇ ਆ ਤੇ ਜਦੋਂ ਅਟਣਾਂ ਦੀਆਂ ਜੜ੍ਹਾਂ ਹੀ ਸਾਫ਼ ਹੋ ਗਈਆਂ ਤਾਂ ਫਿਰ ਉਹ ਦੁਬਾਰੇ ਨਹੀਂ ਹੁੰਦੇ। ਸੋ ਦੋਸਤੋ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਛੋਟੀ ਜਿਹੀ ਜਾਣਕਾਰੀ ਲੈ ਕੇ ਆਇਆ ਸੀ, ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ। ਬਾਕੀ ਫਿਰ ਵੀ ਮੇਰੇ ਤੋਂ ਕੁਝ ਰਹਿ ਗਿਆ ਹੋਵੇ ਜਾਂ ਤੁਹਾਨੂੰ ਨਾ ਪਤਾ ਲੱਗਿਆ ਹੋਵੇ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ WhatsApp ਨੰਬਰ ਦਿੱਤਾ ਹੋਇਆ, ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ। ਤੇ ਹੁਣ ਦਿਓ ਜੀ ਆਗਿਆ, ਕੱਲ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।